ਹਾਂਜੀ, ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ? ਪ੍ਰਧਾਨ ਵਾਲੀ ਗੱਲ ਬਾਹਲੀ ਫੇਮਸ ਹੋਈ ਪਈ ਆ ਬਈ, ਜੋ ਸਾਨੂੰ ਹੁਣ ਕੋਈ ਮਿਲਦਾ ਵੀ ਆ ਨਾ। ਜਦੋਂ ਅਸੀਂ ਕੱਲ੍ਹ ਲੁਧਿਆਣੇ ਪਰਸੋਂ ਗਏ, ਉੱਥੇ ਸਾਨੂੰ ਇੱਥੇ ਇੱਕ ਫੈਮਿਲੀ ਮਿਲੀ, ਉਹਨੇ ਮੈਨੂੰ ਮੂੰਹ ਤੋਂ ਦੇਖ ਕੇ ਗਏ ਤਾਂ ਕਹਿੰਦੇ ਮੈਂ ਦੇਖਿਆ ਵੀ ਪ੍ਰਧਾਨ ਵਾਲਾ ਹੀ ਲੱਗਦਾ ਆ ਇੱਦਾਂ। ਚਲੋ ਕੋਈ ਚੱਕਰ ਨਹੀਂ, ਆਪਾਂ ਨੂੰ ਪਈਓ ਆਦਤ ਇੱਦਾਂ ਕਹਿਣ ਦੀ। ਸੋ ਚਲੋ, ਤੁਸੀਂ ਲਾਈਕ ਕਰਦੇ ਆ, ਪਸੰਦ ਕਰਦੇ ਆ, ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ, ਠੀਕ ਆ। ਅਤੇ ਬਾਕੀ ਵੀ ਆਰ ਰੈਡੀ, ਠੀਕ ਆ। ਅਤੇ ਹੁਣ ਆਪਾਂ ਚੱਲੇ ਹੈਗੇ ਆ ਪਹਿਲਾਂ ਸ਼ਹਿਰ, ਅਤੇ ਸ਼ਹਿਰ ਤੋਂ ਬਾਅਦ ਵਿੱਚ ਅੱਜ ਕੰਮ ਦੋ ਤਿੰਨ ਹੋਰ ਵੀ ਆ, ਉਹ ਵੀ ਕਰਨੇ ਆ, ਅਤੇ ਬਾਕੀ ਦੇਖਦੇ ਹਾਂ ਕੀ ਬਣਦਾ। ਤੂੰ ਵਿਹਲਾ ਘੁੰਮੀ ਚੱਲ ਇੱਧਰ ਉੱਧਰ ਨੂੰ, ਕਦੇ ਇੱਧਰ ਕਦੇ ਉੱਧਰ। ਹਾਂਜੀ, ਕੀ ਬਣਦਾ? ਹਾਂ ਦੇਖਦੇ, ਇਹ ਬਹੁਤ ਟਾਈਮ 'ਤੇ ਗੱਡੀ 'ਚ ਪਏ ਆ, ਦੁੱਧ 'ਚ ਪਾ ਕੇ ਪੀਣ ਵਾਲੇ ਆ। ਅਤੇ ਮੈਂ ਕਿਹਾ ਬਾਹਰ ਰੱਖ ਦਿੰਦਾ ਕੱਢ ਕੇ, ਉਹ ਕੱਲ੍ਹ ਮੈਂ ਇੱਕ ਪੈਕਟ ਖੋਲ੍ਹਿਆ, ਕੁੱਤੇ ਨੂੰ ਮਾੜਾ ਜਿਹਾ ਪਾਇਆ, ਉਹਨੇ ਖਾਧਾ ਹੀ ਨਹੀਂ। ਹਾਂ, ਉਹ ਤਾਂ ਕਤੂਰਾ ਹੀ ਛੋਟਾ ਜਿਹਾ, ਉੱਦਾਂ ਹੀ ਆ। ਕੀ ਇਹ? ਇਹ ਕੈਰਨ ਨੂੰ ਪਤਾ, ਜਦੋਂ ਘੁੰਮਣ ਗਿਆ ਉਹਨਾਂ ਗੱਡੀ 'ਚ ਪਿਆ। ਉੱਦਾਂ ਮੰਮੀ ਨਿਆਣੇ ਵਾਲੀਆਂ ਚੀਜ਼ਾਂ ਛੋਟੀ ਛੋਟੀਆਂ, ਇਹ ਨਿਆਣੀ ਆ ਨਾ ਇਹ। ਚਲੋ ਠੀਕ ਹੈ, ਇਹ ਸਾਰੇ ਉੱਦਾਂ ਹੀ ਆ, ਦੁੱਧ 'ਚ ਪਾ ਕੇ ਪੀਣ ਨੂੰ। ਚਲੋ ਆ ਗਿਆ, ਫਿਰ ਕੁਛ ਲਿਆਉਣਾ ਤਾਂ ਨਹੀਂ ਖੈਰ? ਅੱਜ ਮੰਮੀ ਹੋਣੀ ਚੱਲੇ ਮਾਛੋਵਾੜੇ, ਹੈ ਮਾਛੀਵਾੜੇ, ਉਹੀ ਮਾਛੀਵਾੜੇ ਚੱਲੇ ਮੱਥਾ ਟੇਕਣ। ਮੰਮੀ, ਡੈਡੀ, ਤਾਇਆ, ਤਾਈ, ਚਾਰ ਜਣੇ? ਓਕੇ, ਚਲੋ ਵਧੀਆ ਗੱਲ ਆ। ਚਲੋ ਠੀਕ ਆ, ਆਇਓ, ਧਿਆਨ ਨਾਲ ਜਾਇਓ, ਦਰਸ਼ਨ ਕਰਕੇ ਆਓ। ਚਲੋ ਚਲੀਏ, ਅਤੇ ਹੁਣ ਕਰਦੇ ਹਾਂ ਬਲੋਗ ਜਾਂਦੇ ਜਾਂਦੇ ਕੰਟੀਨਿਊ। ਟਣ 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 ਟਣ, ਜਾਣੀ ਕਿ ਰੋਜ਼ ਦਾ ਕੰਮ, ਪਹਿਲਾਂ ਇਹਨਾਂ ਨੂੰ ਸਾਂਭ ਕੇ ਜਾਣਾ। ਟਣ ਟਣ, ਦੁੱਧ ਦੋਨੇ ਤਗੜੇ ਆ, ਇਹ ਬਾਕੀ ਸਾਰੇ ਮਾੜੇ ਜਿਹੜੇ ਬਾਹਰ ਇੱਥੇ ਨਾਲ ਜਾਂਦੇ ਘੁੰਮਦੇ ਆ। ਚਲੋ ਚਲੀ ਆ, ਦੇ ਕਰਨ ਦੀ ਪਾਣੀ ਦੀ ਬੋਤਲ ਪਈ, ਕਿੱਡੀ ਬੜੀ ਬੋਤਲ ਲੈ ਕੇ ਆਈ ਪਾਣੀ ਲਈ, ਕਹਿੰਦੀ ਮੈਂ ਰੋਜ਼ ਪਾਣੀ ਪੀਆ ਕਰਨਾ। ਟਾਈਮ 9:30 ਹੋ ਗਏ, ਵਾਹ ਵੀ ਵਾਹ, ਧੁੱਪ ਕਿੰਨੀ ਹੋਈ ਹੈ, ਗਰਮੀ ਬਹੁਤ ਜ਼ਿਆਦਾ ਹੋ ਗਈ ਹੁਣ ਤਾਂ। ਤੁਸੀਂ ਯਾਰ ਨੱਕ ਦੇਖਿਆ, ਸਵੇਰੇ ਨਾਲੇ ਘੁੰਮ ਕੇ ਆਇਆ ਮੇਰੇ ਕਪਤਾਨ ਦੇ ਨਾਲ ਸਾਡੇ, ਅਤੇ ਸਵੇਰ ਦਾ ਹੀ ਨੱਕ ਇੱਦਾਂ ਹੀ ਉਹਦਾ ਕਾਲਾ ਹੋਇਆ। ਨਾ ਮਜਨੂ ਇੱਦਾਂ ਵੀ ਅਸੀਂ ਨਾਂ ਦੇ ਕਦੇ ਰੱਖਿਆ, ਉਹਦਾ ਨਾਂ ਸੀ ਮਜਨੂੰ ਤਾਂ ਰੱਖਿਆ ਸੀ ਜਦੋਂ ਛੋਟਾ ਜਿਹਾ ਹੁੰਦਾ ਸੀ ਨਾ ਇਹ, ਮੈਂ ਦੱਸ ਦਿੱਤੀ ਪਹਿਲੇ, ਜਦੋਂ ਛੋਟਾ ਜਿਹਾ ਹੁੰਦਾ ਸੀ ਕਪਤਾਨ ਤੋਂ ਬਹੁਤ ਖੇਡਦਾ ਹੁੰਦਾ ਸੀ, ਜਦੋਂ ਕਪਤਾਨ ਦੁੱਧ ਦੁੱਧ ਪਾਉਣਾ ਇਹਨੇ ਮਗਰ ਆ ਕੇ ਚੂੰ ਚੂੰ ਕਰੀ ਜਾਣੀ ਜਾਣ ਕੇ, ਛੋਟਾ ਹੁੰਦਾ ਸੀ ਉਹਦਾ ਕਾਫੀ, ਇਹਨੂੰ ਨਾਂ ਰੱਖਤਾ ਸੀ ਮਜਨੂੰ। ਚਲਤਾ ਹੈ ਸਾਲਾ, ਪੀ ਆਇਆ ਹੋਣਾ ਹੋਰ ਕਿਤੇ, ਪਰ ਇਹ ਉਦਾਂ ਹੌਲੀ ਪੀਂਦਾ, ਉਹ ਬਹੁਤ ਤੇਜ਼ ਪੀਂਦੀ ਆ। ਹੈ ਨਾਸਾ ਨੂੰ ਵੀ ਕੀਤਾ ਹੋਊਗਾ, ਉਦੇ ਕਿਤੇ ਕਾਲ ਕੋਲ ਲਾ ਕੇ ਗੱਡੀ ਗੁੱਡੀ ਥੱਲੇ, ਦੇਖ ਦੇਖ ਮੱਖੀਆਂ ਵੀ ਖਾਂਦਾ ਆ। ਹੋਰ ਚਲੋ ਚੱਲੀਏ, ਆ ਗਏ ਨਾਲ ਗੱਲ, ਤੇ ਕੱਲ ਆ ਰਿੰਗਾ ਲੈ ਗਿਆ ਸੀ ਇੱਥੋਂ, ਤੇ ਕਾਹ ਵਾਲੀ ਰਿੰਗ ਕਰਨਾ ਪੈਣੇ ਸਾਨੂੰ, ਤੇਰੇ ਵਾਲੀ ਰਿੰਗ ਦਿਖਾਈ ਕਿਹੜੀ ਸੀਗੀ? ਕਿਰਨ ਵਾਲੀ ਰਿੰਗ। ਚਲੋ ਉਹ ਜੀ, ਤੇ ਟਾਈਮ 1:00 ਨਵੀਂ ਰਿੰਗ ਲੈ ਲਈ ਕਿਰਨ ਨੇ, ਚਲੋ ਕੋਈ ਚੱਕਰ ਨੀ, ਤੇ ਹੁਣ ਚੱਲਿਆ ਗਏ ਘਰੇ, 2:00 ਘਰੇ ਕੋਈ ਖਾਈਏ ਪੀਏ, ਏਦਾਂ ਬੈਠੇ ਆ ਸਵੇਰ ਦੀ। ਅੱਜ ਕਹਿ ਰਹੇ ਤਾਂ ਪਕੌੜੇ ਖਾ ਲਿਆ, ਨਾਰੰਗ ਭਾਜੀ ਦੇ ਗਏ ਸੀ, ਏਦਾਂ ਮੁੜਦੀ ਆ ਬਿਨਾਂ ਪਕੌੜੇ ਖਾਧੇ। ਉਹ ਅੱਗੇ ਕਹਿੰਦੇ ਕਹਿੰਦੇ ਮੈਨੂੰ ਆ ਕੇ ਕਸਟਮਰ ਕਹਿੰਦੇ ਰਹਿੰਦੇ, ਤੁਸੀਂ ਉਹਨਾਂ ਨੂੰ ਪਕੌੜੇ ਖਿਲਾ ਦਿੰਦੇ ਆ, ਸਾਨੂੰ ਤੁਸੀਂ ਖਿਲਾਉਂਦੇ ਨਹੀਂ, ਸਾਰਿਆਂ ਨੂੰ ਉਦਾਂ ਪੁੱਛਦੇ ਆ। ਚਲੋ ਕੋਈ ਨੀ, ਤੁਸੀਂ ਵੀ ਜਾਇਓ ਜਿਹਨੇ ਜਾਣਾ, ਸੁਨਿਹਾਰੇ ਦੇ ਵੀ ਜਾਓ ਉੱਥੇ ਭੱਜਦੇ, ਸਹੀ ਗੱਲ ਆ। ਤੇ ਤੁਸੀਂ ਫਿਰ ਸੋਨਾ ਸੋਨਾ ਲਓ ਉੱਥੇ ਜਾ ਕੇ, ਤੁਹਾਨੂੰ ਵੀ ਪਕੌੜੇ ਮਿਲਿਆ ਕਰਨੇ, ਫਿਰ ਏਦਾਂ ਆ, ਵਧੀਆ ਆ।
ਸਹੀ ਗੱਲ ਆ, ਚਲੋ ਇਹ ਤਾਂ ਹੈ। ਚਲੋ ਬਾਕੀ ਟਾਈਮ 1:53 ਤੇ ਚਲੀਏ ਘਰੇ ਤੇ ਕੁਛ ਖਾਈਏ ਪੀਏ, ਮੈਂ ਸ਼ਾਮ ਨੂੰ ਕੰਟੀਨਿਊ ਕਰਾਂਗੇ ਵਲੌਗ ਤੇ ਪਾਵਾਂਗੇ ਡੇਲੀ ਵਲੌਗ ਦਾ ਜੋ ਕੀਤਾ ਹੈ ਕੰਮ ਆਪਾਂ ਕਿਹਾ ਆ। ਤੇ ਜਾਂਦੀ ਕੁੜੀ ਨੂੰ ਚੇਤਾ ਆ ਗਿਆ ਮੈਂ ਗੋਲ ਗੱਪੇ ਵੀ ਖਾ ਲੈਂਦੀ ਹਾਂ। ਚਲੋ ਅੱਜ ਗੋਲ ਗੱਪਾ ਪਾਰਟੀ ਚੱਲਦੀ, ਕਹਿੰਦੇ ਏਦਾਂ ਆ ਏਦਾਂ ਹੀ ਰਹਿੰਦੀ ਆ। ਕੀ ਹੋਇਆ, ਪਾਣੀ ਨਹੀਂ ਮਿੱਠਾ ਕਿ ਠੰਡਾ ਨਹੀਂ ਆ, ਠੰਡਾ ਕਰਾਉਣਾ ਜੀ। ਚਲੋ ਕੋਈ ਚੱਕਰ ਨਹੀਂ, ਹੁਣ ਗੋਲ ਗੱਪੇ ਖਾਣ ਰੁਕੇ ਹਾਂ ਤੇ ਪੂਰੇ 2 ਵੱਜ ਗਏ ਤੇ ਗੋਲ ਗੱਪੇ ਖਾ ਕੇ ਫਿਰ ਚੱਲਦੇ ਹਾਂ। ਨਹੀਂ ਨਹੀਂ ਉਹ ਹੈਗਾ ਬੈਠੀ ਸਾਥੀ ਦੇਖਦੀ, ਕਹਿੰਦਾ ਨਾ ਗੱਲ ਦੱਸਾਂ ਜਦੋਂ ਉੱਤਰ ਗਏ ਨਾਲੇ ਜੀਭ ਸਵਾਰਨ ਲੱਗ ਗਈ, ਉਹ ਪਤਾ ਲੱਗ ਗਿਆ। ਸਹੀ ਗੱਲ ਆ, ਏਦਾਂ ਜੀਭ ਸਵਾਰਦੀ ਸੀ ਵੀ ਗੱਲੇ ਛੱਡ ਦੋ, ਉਹਨਾਂ ਨੂੰ ਪਤਾ ਲੱਗ ਗਿਆ ਵੀ ਲਓ ਜੀ ਰੋਟੀ ਪਾਣੀ ਦਾ ਜਿਗਾੜ ਤਾਂ ਹੋ ਗਿਆ ਆ। ਉੱਧਰ ਕਪਤਾਨ ਜੀ ਹੁਣ ਬੈਠੇ ਮੰਜੇ ਥੱਲੇ ਐਨ ਛਾਵੇਂ ਉਡੀਟ, ਤੇ ਘਰੇ ਮੰਮੀ ਹੋਣੀ ਹੈ ਨੀ ਗੇ, ਤੁਹਾਨੂੰ ਦੱਸਿਆ ਸੀ ਅੱਜ ਮੰਮੀ ਹੋਣੀ ਜਾਣਾ ਹੈਗਾ ਗੁਰਦੁਆਰਾ ਸਾਹਿਬ ਮਛੂਵਾੜੇ ਮਾਛੀਵਾੜਾ। ਚਲੋ ਜੀ ਘਰੇ ਆ ਗਏ। ਹਾਂ ਵੀ ਦੇਖ ਐਨ ਬੋਲ ਕੇ ਦੱਸਦਾ ਵੀ ਮੈਂ ਇੱਥੇ ਹੀ ਸੀ, ਮੈਂ ਕਿਤੇ ਨਹੀਂ ਗਿਆ ਤੇ ਡੈਡੀ ਹੋਣੀ ਅੱਜ ਗਏ ਹੈਗੇ ਮਛੂਵਾੜਾ ਮੈਂ ਤੇ ਆਪਣੇ ਘਰੇ ਤੇ ਹੁਣ ਰੋਟੀ ਉੱਟੀ ਕਰਕੇ ਤੇ ਫਿਰ ਓਕੇ ਕਰਾਂਗੇ ਵਲੌਗ ਕੰਟੀਨਿਊ, ਮੰਮੀ ਡੈਡੀ ਵੀ ਪੈ ਜੂਗੇ ਤੇ ਸ਼ਾਮ ਨੂੰ ਜਿੰਨਾ ਵੀ ਵਲੌਗ ਬਣੇ ਅਪਲੋਡ ਕਰ ਦਿਆ ਕਰਾਂਗੇ ਭਾਜੀ, ਕਰ ਦਿਆ ਕਰਾਂਗੇ, ਟੈਨਸ਼ਨ ਨਾ ਲਓ। ਕੱਲ ਬਾਈ ਦਾ ਇੱਕ ਦਾ ਹੋਰ ਕਮੈਂਟ ਆਇਆ ਸੀ ਕਹਿੰਦੇ ਪਾ ਦਿਆ ਕਰੋ ਯਾਰ ਪਲੀਜ਼ ਵਲੌਗ ਡੇਲੀ ਪਾ ਦਿਆ ਕਰੋ, ਤੇ ਚਲੋ ਠੀਕ ਆ ਕਰਦੀ ਵਲੌਗ ਫਿਰ ਕੰਟੀਨਿਊ। ਓਏ ਐਲਤੀ ਰਾਮ ਐਲਤੀ, ਬਰਗਰ ਲਿਆਈਓ ਕੁੜੀ, ਕਿਤੇ ਮਾੜੀ ਮੋਟੀ ਗੱਲ ਥੋੜ੍ਹਾ, ਨਿਊਡਲ ਵੀ ਅਗਰ ਪਾਏ ਉਹਦੇ ਵਿੱਚ। ਕਪਤਾਨ ਖੋਲਾ ਹੋ ਮਾਰ ਚਪੇੜਾ ਦੋ, ਚਪੇੜਾ ਦੋ ਮਾਰ ਕੇ ਖੋਲਾ ਇਹਦੇ ਕੋਲ। ਆ ਗਏ ਇੱਥੇ ਛੇਤੀ, ਰਿਸ਼ਵਤ ਦੇਣੀ ਪੈਂਦੀ ਇਹਨੂੰ ਵੀ। ਅਸੀਂ ਹੁਣ ਚੱਲੇ ਸੀਗੇ ਉੱਧਰ ਨੂੰ ਮੰਮੀ ਹੋਣਾ ਵੱਲ ਨੂੰ, ਤੇ ਮੰਮੀ ਹੋਣਾ ਵੱਲ ਨੂੰ ਕਦੇ ਚੱਲੇ ਹਾਂ, ਬੱਬੂ ਦਾ ਫੋਨ ਆਇਆ ਸੀ ਦੁਪਹਿਰੇ ਜਿਹੇ, ਉਹ ਉੱਧਰ ਜਾ ਕੇ ਆਏ ਸੀ ਬਾਬਾ ਜੀ ਨੇ ਮੱਥਾ ਟੇਕ ਕੇ। ਚਲੋ ਨਾਲੇ ਮਿਲ ਜਾਂਦੇ, ਨਾਲੇ ਘੜੀ ਗੱਲਾਂ ਬਾਤਾਂ ਮਾਰ ਲੈਂਦੇ ਹਾਂ। ਤੂੰ ਪਰ ਇੱਥੇ ਹੀ ਰਹਿਣਾ ਆ, ਓਕੇ ਯਾਰ ਉਹ ਬਾਹਰ ਵੀ ਬੈਠੀ ਆ, ਚੱਲ ਬਸ ਚੱਲ ਚੱਲ ਭੱਜ ਜਾ ਕੱਲੀਏ ਟਕਲੂ, ਚੱਲ ਜਾ ਉੱਧਰ ਨੂੰ ਤੂੰ ਫਟਾਫਟ ਕੱਢ ਲਈ ਗੱਡੀ ਆ ਲੈ। ਲੋ ਜੀ 5:30 ਤੋਂ ਜਾਂਦੇ ਜਾਂਦੇ ਲੋਕ ਤਾਂ ਦੂਰ ਬਹੁਤ ਆ ਬੰਨੇ, 5:30 ਜਾਂਦੇ ਜਾਂਦੇ 6:30 ਸੌਰੀ 6:35 ਇੱਕ ਵਜੇ ਨੂੰ ਪਿੰਡ ਨੂੰ ਜਾਣਾ ਹੁੰਦਾ ਕਿ ਪਾਗਲ ਹੀ ਹੋਣੀ ਮੈਨੂੰ, ਕਿੰਨਾ ਸੋਹਣਾ ਲੱਗਦਾ ਆ ਉਹ ਪੂਰਾ ਗੋਲਡਨ 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 ਦਰਖਤ 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 ਇਦਾਂ ਹੀ ਆ ਸਾਡੇ ਵੱਲ ਬੰਨੇ, ਜੰਨਤ ਆ ਸਾਡੇ ਕਸ਼ਮੀਰ ਕੀ ਕਰਨ ਗਏ ਜੇ ਤੋ ਪਿੰਡੇ ਆਏ ਨਹੀਂ 2 ਦਿਨ, ਉਹ ਫਿਰ ਉੱਤਾ ਮੈਂ ਕਿਹਾ ਚੱਲ ਇਹ ਤੋਂ ਥੱਲੇ ਵੀ ਦੇਲੇ ਕੀ ਆ। ਠੀਕ ਆ ਤੈਨੂੰ ਆਉਣੀਆਂ ਗੱਲਾਂ, ਠੀਕ ਆ ਤੈਨੂੰ ਗੱਲ ਦੱਸਾਂ ਪਹਿਲਾਂ ਸੋਚਿਆ ਸੀ ਚੀਜ਼ੀ ਲੈ ਜਾਈਏ ਕੋਈ, ਪਰ ਫਿਰ ਮੈਂ ਕਿਹਾ ਯਾਰ ਚੀਜ਼ੀ ਲੈਣ ਲੱਗ ਗਏ ਫਿਰ ਟਾਈਮ ਲੱਗ ਜਾਣਾ ਰੂਪਾ ਦਾ, ਸਾਡੇ ਨੂੰ ਵਹੀ ਸੀ ਬਿੱਲੇ ਸੀਗੇ ਜੀ ਕੀ ਕਰਨੀ, ਚੀਜ਼ੀ ਖਾ ਕੇ ਆਵਾਂਗੇ ਠੀਕ ਨਹੀਂ ਬਾਬਲੇ। ਸਹੀ ਗੱਲ ਹੈ, ਚੀਜ਼ੀਆਂ ਲੈ ਕੇ ਜਾਈ ਜੋ ਰੋ ਜੀ, ਕੋਈ ਥੋੜੋ ਗੱਲ ਆ ਆ ਐਵੇਂ ਆ, ਮੈਂ ਤਾਂ ਰਹੀਆ ਮੁੜ ਕੇ ਮੈਂ ਬਾਅਦ ਦੇਖ ਲਾਂਗਾ ਲੈ ਹੋਗਾ ਅੱਗੇ ਤੋਂ ਕੁਝ ਲੈ ਕੇ ਵੀ ਹੋਗਾ, ਨਹੀਂ ਪਤਾ ਕੀ ਹਾਂ ਜੀ ਲੇਟ ਬਹੁਤ ਸੀ ਚੀਜ਼ੀ, ਅਸੀਂ ਹੁਣ ਲੈ ਜਾਵਾਂਗੇ ਕੋਈ ਚੱਕਰ, ਅੱਗੇ ਤੋਂ ਲੈ ਕੇ ਵੀ ਅਗਲਾ ਮੁੜੇ ਦੇ ਪਾ ਨਹੀਂ ਨਾਲੇ ਲੈ ਜਾਓ ਚੀਜ਼ੀ ਵੀ ਆਪਣੀ, ਅਸੀਂ ਨਹੀਂ ਖਾਂਦੇ ਚੀਜ਼ੀਆਂ, ਅਸੀਂ ਚੀਜ਼ੀ ਨਹੀਂ ਖਾਂਦੇ, ਇਹ ਗੱਲ ਹੈ। ਸਹੀ ਗੱਲ ਹੈ, ਚਲੋ ਹੁਣ ਆਪਾਂ ਚੱਲੀਏ
ਤੇ ਕਣਕ ਦੇਖੋ ਕਿੱਦਾਂ ਡੇਗੀ ਵੀ ਹਵਾ ਦੇ ਨਾਲ। ਕੱਲ ਧਮਾਕਾ ਕਿਹਨੂੰ ਸੁਣਿਆ ਸੀਗਾ 6 ਵਜੇ? ਸਾਨੂੰ ਤਾਂ ਬਿਲਕੁਲ ਨੀ ਸੁਣਿਆ। ਖਰਾਬ ਕੀਤਾ ਆਪਣੇ ਧਮਾਕੇ ਬੱਜੇ ਪਏ ਸਾਨੂੰ ਆ ਧਮਾਕੇ ਸੁਣਦੇ ਕੁਦਰਤੀ। ਚਲੋ ਬਾਕੀ ਸਹੀ ਠੀਕ ਆ, ਹੁਣ ਆਪਾਂ ਚੱਲੀਏ ਤੇ ਹਨੇਰਾ ਹੌਲੀ ਹੌਲੀ ਹੋਵੇ ਬਾਬਾ ਜੀ। ਘੰਟਾ ਕੁ ਬੈਠ ਪੀਲੇ ਸੀਗੇ ਅੱਜ ਬੰਦੇ ਨੂੰ ਖਬਰਸਾਰ ਲੈ ਲੈਣੀ ਚਾਹੀਦੀ ਜਾ ਕੇ ਇਹ ਲੌਂਗ ਦਾ ਦੇਖੀ ਕਿਤੇ ਜਿਹੜੀ ਆ ਗਏ ਆਪਾਂ। ਚੱਲ ਫੇਰ 25 ਮਿੰਟਾਂ ਦੀ ਡਰਾਈਵ ਹੈ ਯਾ 25 ਮਿੰਟ ਦੀ ਘਰ ਥੋੜੀ ਆ। ਲੈ ਵੀ ਇੱਥੇ ਵਿਆਹ ਆ, ਸੱਚ ਵਿਆਹ ਨਹੀਂ ਹੈਗਾ ਸੀ ਵਿਚਾਰੇ ਟੈਂਟ ਉਹ ਲੈ ਕੇ ਆਏ ਲਾ ਕੇ ਕਿਤੇ ਉਹ ਦੇ ਕਹਿ ਦੇ ਮੇਰੇ ਦੀ ਸਾਰੇ ਜਣੇ ਆ ਜੀ ਇਕੱਠੇ ਕੇ ਪਿੰਡ ਵਿੱਚ ਵਿਆਹ ਆ ਵੱਲ ਚੱਲੀ ਔਰ ਆ ਗਏ ਪਤਾ ਲੱਗੇ ਮੋਦੀ ਪੱਲਿਓ ਖਾ ਕੇ ਬਲਾ ਚੋ ਜਾਂਦੇ ਹੋ। ਹਾਂ ਠੀਕ ਆ ਚਲੋ ਚੱਲੀਏ। ਚਲੋ ਜੀ ਚੱਲੀਏ ਫੇਰ ਦੇਖਦੇ ਆ ਜਾ ਕੇ ਕੀ ਕਰਦੇ ਗੱਲਾਂ ਬਾਤਾਂ। ਸੋਹਣਾ ਬੈਠਾ ਆ ਇਹ ਲੂਮੀ ਲੂਮੀ, ਅਸੀਂ ਹੋਰ ਗੱਡੀ ਲੈ ਲਈ ਇੱਕ। ਮੈਂ ਬਲੌਗ ਕਰੂੰਗੀ ਤੈਨੂੰ ਤਾਂ ਮੈਂ ਬਲੌਗ ਕਰੂੰਗੀ ਤੈਨੂੰ ਤਾਂ ਮੈਂ ਬਲੌਗ ਲਿਆ ਲਾ ਕੇ ਦੇ। ਮੈਂ ਲੰਬਰੇ ਕੱਟ ਦੇ ਬਿਲਕੁਲ ਸੋਹਣੀਆਂ ਲੱਗਦੀਆਂ ਲੰਬਰ ਕੱਟ ਦੇਣਾ ਤੇਰਾ ਕੱਟ ਦੇ। ਚਲ ਬਾਏ ਬਾਏ ਰਿਪੂ ਬਾਏ 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 ਨਮਸਤੇ ਚਲ ਠੀਕ ਆ ਮੰਮੀ ਬੈਗ ਲੈ ਕੇ ਜਾਣੀ ਗੱਡੀ ਆ ਪਿੱਛੇ ਨੂੰ ਮੈਂ ਸੱਚ ਦੱਸਿਆ ਪਵਨੇ ਮੈਂ ਕਿਹਾ ਸੀ ਗੱਡੀ ਵੀ ਲਈ ਪਵਨੇ ਨਵੀਂ ਅੱਜ ਅੱਜ ਲਈ ਅੱਜ ਗਈ ਉਹਨੂੰ ਦੇਖਿਆ ਨਹੀਂ ਅੱਧਲੀ ਜਾਈ ਕਿ ਨਹੀਂ ਅਗੇ ਮੋਮੋ ਠਗਣੀਆਂ ਜੀ ਕਿੱਦਾਂ ਖੜਾ ਖੜੀਆਂ ਪਵਨੇ ਅੱਗੇ ਮੰਮੀ ਕੱਢਦੀ ਸੀ ਗੱਲੀ ਉਹ ਰਿੰਪੀ ਵੀ ਨਾਲੇ ਹੁਣ ਉਹਨਾਂ ਟਾਈਮ ਖੜਨਾ ਹੀ ਨਹੀਂ ਜਦ ਤੱਕ ਅਸੀਂ ਮੁੜ ਕੇ ਐਨ ਨੂੰ ਨਹੀਂ ਚੱਲ ਜਾਣਾ। ਓਹੋ ਪਤਾ ਨਹੀਂ ਇੱਥੋਂ ਦੇਖਦਾ ਕਿ ਨਹੀਂ ਚਲੋ ਜੀ ਦੇਖੀ ਨੀ ਨਵੀਂ ਗੱਡੀ ਆ ਦੇਖੀ ਮੈਨੂੰ ਕਿਉਂ ਨਹੀਂ ਦੇਖਦਾ ਚਲੋ ਜੀ ਹੁਣ ਚੱਲੀਏ ਘਰ ਨੂੰ ਮਰਜੀ ਚੱਲ ਪਊ ਨਹੀਂ ਇਧਰੋਂ ਠੀਕ ਆ ਚਲੋ ਠੀਕ ਆ ਬਾਕੀ ਕਰਦੇ ਆ ਵਲੌਗ ਜਾਂਦੇ ਜਾਂਦੇ ਕੰਟੀਨਿਊ ਕੋਈ ਖਾਣਾ ਪੀਣਾ ਦੱਸ ਨਹੀਂ ਉਹ ਬਰਗਰ ਸ਼ਰਗਰ ਕੁਕੀ ਨਹੀਂ ਯਾਰ ਤੂੰ ਮੈਨੂੰ ਕੀ ਕਹੀ ਜਾਂਦੀ ਉੱਥੇ ਬੋਲਦਾ ਨਹੀਂ ਤੂੰ ਬੋਲਦਾ ਨਹੀਂ ਤੂੰ ਬੋਲਨੇ ਆ ਦੇਲਾ ਹੁਣ ਬੋਲਣ ਲੱਗ ਗਿਆ ਤੂੰ ਬੋਲਣ ਲੱਗ ਗਿਆ ਮਤਲਬ ਚਲ ਕੋਈ ਨਹੀਂ ਮੈਂ ਗੁੰਗਾ ਸੀਗਾ ਮੈਂ ਉੱਥੇ ਬੋਲਦਾ ਸੀ ਦੇਖ ਹੀ ਲੈਣਾ ਵਲੌਗ ਆ ਦੀ ਯਾਰ ਇੱਥੇ ਕਿ ਮੇਰੇ ਬੰਨੇ ਉਹਦੀ ਚੁੰਡੀ ਵੱਡੀ ਕਿੰਨੀ ਚੋਰ ਕੇ ਆ ਕੇ ਹੋ ਗਿਆ ਤੇਰਾ ਭਰਾ ਮੈਂ ਤੈਨੂੰ ਤਾਂ ਹੀ ਕਹਿੰਨੇ ਆ ਨਹੀਂ ਮੈਨੂੰ ਝੱਲਦਾ ਬਿਲਕੁਲ ਵੀ ਹਾਂ ਤੇ ਚੁੰਡੀ ਵੱਡਦੀ ਮੈਨੂੰ ਝੱਲਦਾ ਨਹੀਂ ਹਾਦੇ ਉਹ ਤੇਰੇ ਪਿਆਰ ਨਾਲ ਵੱਡੀ ਹੋ ਚਲੋ ਲੋ ਤੇ ਟਾਈਮ 9 ਵੱਜ ਗਏ ਆ ਕੇ ਕਪਤਾਨ ਨੂੰ ਵੀ ਘੁਮਾਤਾ ਤੇ ਹੁਣ ਫ੍ਰੀ ਹੋਏ ਆ
ਤੇ ਬਾਕੀ ਦੇਖਦੇ ਹਾਂ ਕੀ ਬਣਦਾ, ਜਿੰਨਾ ਵਲੌਗ ਬਣਿਆ ਹੋਇਆ ਸੋ ਹੋਪਫੁਲੀ ਆਪਾਂ ਅਪਲੋਡ ਕਰ ਦੇਣਾ। ਹਾਂਜੀ ਮੰਮੀ ਸਾਡੀ ਫੇਰ ਅੱਜ ਕੰਨ ਬਣਾਏ ਜਿਹਦਾ, ਥੋੜ੍ਹੇ ਟਾਈਮ ਤੱਕ ਕੰਨ ਫੇਰ ਜੋੜ ਲੈਂਦੀ ਆ, ਫੇਰ ਮੋਟੇ ਵੱਡੇ ਵੱਡੇ ਸਮਾਨ ਪਾ ਦਿੰਦੀ ਆ, ਚੰਗੀਆਂ ਮੋਟੀਆਂ ਮੋਟੀਆਂ ਵਾਲੀਆਂ ਲੱਭ ਕੇ ਫੇਰ ਲਮਕਣ ਲਾ ਦਿੰਦੀ ਆ, ਸੁਰਾਖ ਜਦੋਂ ਵੱਡੇ ਹੋ ਜਾਂਦੇ ਆ ਫੇਰ ਪੱਟੀਆਂ ਜਿਹੀਆਂ ਕਰਾ ਕੇ ਆ ਜਾਂਦੀ ਆ। ਅੱਜ ਤਾਂ ਮੰਮੀ ਮੈਨੂੰ ਓਪਰੀ ਓਪਰੀ ਲੱਗੀ ਜਾਂਦੀ ਆ ਪੱਟੀਆਂ ਕੀਤੀਆਂ ਕਰਕੇ, ਜਿੱਦਾਂ ਬੱਕਰੀ ਦੇ ਕੰਨ ਲਮਕ ਦਿੰਦੇ ਏਦਾਂ ਹੋਇਆ ਅੱਜ। ਤਾਈ ਹੁਣੀ ਨੀ ਕਿ ਓਪਰਾ ਲੱਗਦਾ ਹੋਰ ਜਾਣੀ ਬੈਠੀ ਸੀਗੀ, ਓਹਨੇ ਬਣਾਏ ਸੀ ਪਹਿਲਾਂ ਦੇ ਕਰਾਏ ਸੀਗੇ, ਫਿਰ ਮੈਂ ਉਹ ਕਹਿੰਦੇ ਮੈਂ ਕਿਹਾ ਕਿੰਨਾ ਟਾਈਮ ਲੱਗੂਗਾ, ਕਹਿੰਦਾ 20 ਮਿੰਟ ਲੱਗਣੇ ਆ, ਤੇ ਮੈਂ ਕਿਹਾ ਅੱਜ ਨਾ ਫੇ ਅਸੀਂ ਮੁੜ ਕੇ ਮੈਂ ਕਿਹਾ ਘੰਟੇ ਕਿਤੇ ਬਾਜ਼ਾਰ ਚੋਂ ਆ ਜਾਵਾਂਗੇ, ਇਹਨਾਂ ਨੇ ਪੀਣਾ ਸੀ ਨਿੰਬੂ ਪਾਣੀ ਦੇ ਵਿੱਚ ਉਹ ਪਾ ਕੇ ਕੀ ਕਹਿੰਦੇ ਹੁੰਦੇ ਆ ਗੂੰਦ ਕਤੀਰਾ। ਅੱਛਾ ਮੈਂ ਗਰਮੀ ਹੋਈ ਨਾ ਮੈਂ ਰਹਿ ਜਾਣਾ ਆ, ਉਹੀ ਗੱਲ ਹੋਈ। ਨਹੀਂ ਨਹੀਂ ਉਹ ਨੀ ਹੋਈ, ਫੇਰ ਮੈਂ ਕਿਹਾ ਤੂੰ ਕੱਲ ਮੈਂ ਕਿਹਾ ਅਸੀਂ ਮੁੜ ਕੇ ਘੰਟੇ ਕਦੇ ਆ ਜਾਣਾ ਉਸ ਟਾਈਮ ਮੈਂ ਕਰਾ ਲੂੰਗੀ, ਕਹਿੰਦਾ ਨਹੀਂ ਮੈਂ ਫੇਰ ਘਰ ਰੋਟੀ ਖਾਣ ਚੱਲ ਜਾਣਾ ਜੇ ਹੁਣ ਕਰਾਓ ਨਹੀਂ ਤਾਂ ਕੱਲ ਨੂੰ, ਮੈਂ ਕਿਹਾ ਕੱਲ ਨੂੰ ਨਹੀਂ ਆ ਹੋਣਾ। ਫੇਰ ਭੈਣ ਜੀ ਨੂੰ ਮੈਂ ਕਿਹਾ ਤੁਸੀਂ ਜਾਓ ਜਾਨੂੰ ਉੱਥੇ ਪੀਓ ਮੈਂ ਕਰਾ ਲੈਣੀ ਆ, ਤੇ ਮੇਰਾ ਧਿਆਨ ਉਧਰ ਹੀ ਸੀਗਾ, ਮੈਂ ਕਿਹਾ ਕਿਤੇ ਨਾ, ਜਦੋਂ ਉਹਨੇ ਕਰ ਦਿੱਤੇ ਕੰਨ ਫੇਰ ਮੈਂ ਪੁੱਛਿਆ ਫੋਨ ਕਰਕੇ ਤੁਸੀਂ ਕਿੱਥੇ ਆ, ਭਾਜੀ ਕਹਿੰਦਾ ਨਿੰਬੂ ਪਾਣੀ ਕੋਲ ਪੀਤਾ ਜਾ ਗਿਆ। ਫੇਰ ਮੈਂ ਕਿਹਾ ਮੈਂ ਵੀ ਆਉਣ ਲੱਗੀ ਆ, ਭਾਜੀ ਨੇ ਮੈਨੂੰ ਪਿੱਛੇ ਸੁਣ ਗਿਆ, ਭਾਜੀ ਕਹਿੰਦਾ ਇੱਕ ਗਲਾਸ ਹੋਰ ਬਣਾ ਦੇ। ਅੱਛਾ ਚਲੋ ਕਿਤਾ ਠੀਕ ਆ ਹੁਣ ਕੰਨ ਲੱਗਦੇ, ਹੋਰ ਕੰਨ ਠੀਕ ਆ ਕਹਿੰਦਾ ਤਾਂ ਹੈ, ਕਹਿੰਦਾ ਗਰੰਟੀ ਆ ਬਾ ਠੀਕ ਆ। ਹੁਣ ਇੰਨਾ ਛੇਤੀ ਪਾਇਓ ਨਾ, ਪਿਛਲੇ ਵਾਰੀ ਮੰਮੀ ਦੇ ਕੰਨ ਤਾਂ ਬੰਦ ਹੁੰਦੇ ਸੀਗੇ, ਮੰਮੀ ਨੇ ਛੇਤੀ ਪਾ ਲਏ, ਇੱਕ ਬਾਲੀਆਂ ਮੰਮੀ ਦੀਆਂ ਭਾਰੀਆਂ ਹੁੰਦੀਆਂ ਕੀ ਕਰ ਸਕਦੇ ਭਾਈ ਭਾਰੀਆਂ ਕਰ ਕਰ, ਤੇ ਉਹ ਫਿਰ ਉਹਦੇ ਕਰਕੇ ਫੇਰ ਦੁਬਾਰਾ ਸਰਾਂ ਜੇ ਵੱਡੇ ਹੋ ਗਏ। ਇੱਧਰ ਕਿਰਨ ਦੇ ਕਹਿੰਦੇ ਓਏ ਹੋਏ 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 ਹੋਏ, ਕਿਰਨ ਕਰਦੀ ਹਿਸਾਬ ਕਿਤਾਬ, ਬਿਜੀ ਰਹਿੰਦੀ ਆ ਵਿਚਾਰੀ ਹੁਣ ਪਿੰਡੋਂ ਆਈ ਤੇ ਲਾਵਾਂ ਦੀ, ਫੇਰ ਆਪਣਾ ਹਿਸਾਬ ਕਿਤਾਬ ਲੱਗੇ ਕਰਨ ਬੁਟੀਕ ਦਾ। ਕਿੱਦਾਂ ਲੱਗਿਆ? ਬਹੁਤ ਵਧੀਆ, ਚਲੋ ਖੁਸ਼ ਹੋ ਗਏ, ਮੰਮੀ ਨੂੰ ਭਾਵੇਂ ਸਰੋਜ ਗੁਰਦੁਆਰੇ ਘੁਮਾਈ ਉਹਨੇ, ਚਾਰ ਗੁਰਦੁਆਰੇ। ਤੁਹਾਨੂੰ ਥੱਕਦੇ ਤੁਸੀਂ ਅੱਜ? ਥੱਕੇ ਨੀ, ਥੱਕ ਤਾਂ ਗਏ, ਹੋਰ ਕਿਤੇ ਨੀ ਮੈਂ ਜਾਂਦੀ, ਗੁਰਦੁਆਰੇ ਤਾਂ ਰੋਜੇ ਮੈਨੂੰ ਕੋਈ ਸਹੀ ਗੱਲ ਆ ਲੈ ਜਾਵੇ। ਚਾਰ ਚਾਰ ਗੁਰਦੁਆਰੇ ਮੈਂ ਠੀਕ ਆ, ਮਾਛੀਵਾੜੇ ਮਾਛੀਵਾੜੇ ਚ ਹੀ ਆ ਗੁਰਦੁਆਰੇ ਚਾਰ। ਓਕੇ ਚਲੋ ਵਧੀਆ ਹੋ ਗਿਆ, ਚਲੋ ਡੈਡੀ ਵੀ ਲੈ ਗਿਆ ਨਾਲ ਮੱਥਾ, ਉਹ ਅੱਜ ਲੈ ਗਿਆ ਸੀ ਉਹ, ਆਹ ਨਵੀਂ ਰਿੰਗ ਮੇਰੀ ਤੁਹਾਨੂੰ ਦਿਖਾਤੀ ਨਾ ਮੈਂ, ਆਹ ਦੇਖੋ ਮੇਰੀ ਨਵੀਂ ਰਿੰਗ ਅੱਜ ਜਿਹੜੀ ਲਈ ਆ। ਚਲੋ ਠੀਕ ਆ, ਤੇ ਬਾਕੀ ਰੋਟੀ ਪਾਣੀ ਖਾ ਲਿਆ ਤੁਸੀਂ? ਤੇ ਅੱਛਾ ਮੰਮੀ ਹੁਣੇ ਤਾਂ ਤਾਈ ਹੁਣਾਂ ਲਈ ਚਲੇ ਗਏ ਸੀਗੇ, ਤਾਈ ਹੁਣੇ ਵੀ ਪਰਸੋਂ ਚਲ ਜਾਣਾ, ਸੋਹਣਾ ਨੇ ਪਰਸੋਂ ਚਲ ਜਾਣਾ, ਉਹਦੇ ਕਰਕੇ ਡੈਡੀ ਹੁਣੇ ਮੰਮੀ ਨੂੰ ਉਦੋਂ ਚਲ ਜਾਂਦੇ ਆ, ਤੇ ਅਸੀਂ ਹੁਣੇ ਆਏ ਸੀਗੇ, ਤੇ ਅਸੀਂ ਬਸ ਹੁਣ ਰੋਟੀ ਪਾਣੀ ਖਾਣ ਲੱਗੇ ਹਾਂ, ਤੇ ਬਾਕੀ ਜਿੰਨਾ ਵੀ ਆ ਵਲੌਗ ਬਣਿਆ ਹੋਇਆ ਸੋ ਸਾਰਾ ਐਡਿਟ ਕਰਕੇ ਆਪਾਂ ਅਪਲੋਡ ਕਰ ਦੇਣਾ ਆ। ਜੇ ਵਲੌਗ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ, ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ, ਠੀਕ ਆ ਜੀ। ਤੇ ਮਤਲਬ ਜਿੰਨਾ ਵੀ ਵਲੌਗ ਡੇਲੀ ਬਣਦਾ ਉਹ ਅਪਲੋਡ ਕਰ ਦਿਆ ਕਰਨਾ, ਚਾਹੇ 10, 11, 12 ਜਿੰਨੇ ਮਿੰਟ ਦੀ। ਹਾਂਜੀ ਦੂਰੋਂ ਟੋਪਸ ਹੀ ਲੱਗਦੇ, ਵੱਡੇ ਵੱਡੇ ਖਰੇ, ਮੰਮੀ ਨੇ ਟੋਪਸ ਹੀ ਪਾ ਲਿਆ। ਚਲੋ ਠੀਕ ਹੈ, ਤੇ ਬਾਕੀ ਬਾਏ ਬਾਏ ਟਾਟਾ, ਠੀਕ ਹੈ, ਮਿਲਦੇ ਹਾਂ ਅਗਲੇ ਵਲੌਗ 'ਚ। ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ, ਠੀਕ ਹੈ ਜੀ, ਬਾਏ ਬਾਏ।